ਅੱਜ ਤੁਹਾਨੂੰ ਦਿਖਾਉਣੇ ਅੱਜ ਨਿਊਜ਼ੀਲੈਂਡ ਦੀ ਇੱਕੋ ਸ਼ਾਪ ਕੀ ਮਿਲਦਾ ਇੱਥੇ ਅੰਦਰ ਜਾ ਕੇ ਦੇਖੋ। ਇਹ ਇੱਕ ਸਟੋਰ ਹੁੰਦਾ ਜੇ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ, ਜਿਵੇਂ ਆਪਣੇ ਕਹਿ ਦਿੰਦੇ ਨੇ ਵੀ ਕਬਾੜੀਏ ਦੀ ਦੁਕਾਨ। ਕਬਾੜੀਏ ਦੇ ਵਿੱਚ ਚਲੋ ਐਂ ਹੁੰਦਾ ਵੀ ਆਪਾਂ ਟੁੱਟੀਆਂ ਪੁਰਾਣੀਆਂ ਚੀਜ਼ਾਂ ਵੇਚਦੇ ਹਾਂ, ਇਹਦੇ ਵਿੱਚ ਐਵੇਂ ਹੁੰਦਾ ਵੀ ਵਧੀਆ ਕੰਡੀਸ਼ਨ ਦੀਆਂ ਹੁੰਦੀਆਂ ਨੇ ਚੀਜ਼ਾਂ ਕਿ ਜਿਵੇਂ ਤੁਸੀਂ ਰੀਯੂਜ਼ ਕਰ ਸਕਦੇ ਹੋ। ਜਿਵੇਂ ਮੈਂ ਤੁਹਾਨੂੰ ਸਾਹਮਣੇ ਆਹ ਦਿਖਾ ਰਿਹਾ ਕਿ ਵੀ ਟੇਬਲ ਨੇ, ਆਹ ਦੇਖੋ ਸਾਹਮਣੇ ਕਿੰਨੇ ਵਧੀਆ ਵਧੀਆ ਪਾਏ ਨੇ। ਮਾੜਾ ਮੋਟਾ ਕੋਈ ਕਿਸੇ 'ਤੇ ਸਕਰੈਚ ਆ ਗਿਆ ਤਾਂ ਗੋਰੇ ਲੋਕ ਆ ਜਿਹੜੇ ਇਹਨੂੰ ਉਹ ਕਰ ਦਿੰਦੇ ਆ, ਇੱਕੋ ਸ਼ੋਪ ਦੇ ਵਿੱਚ ਜਿਹੜਾ ਚੁਕਾ ਦਿੰਦੇ ਆ ਘੱਟ ਰੇਟ 'ਤੇ। ਉਹਨੇ ਦੇਖੋ ਕਿੰਨੇ ਸਸਤੇ ਲੱਗੇ ਹੋਏ ਨੇ। ਨਵੀਂ ਆਈਟਮ ਮੰਨ ਲਓ 100-150 ਦੀ ਆ ਤਾਂ ਇੱਥੇ $25-30 ਦੀ ਮਿਲ ਜਾਂਦੀ ਆ, ਅਤੇ ਇੱਦੋਂ ਵੀ ਚੀਪ ਹੁੰਦੀ ਆ। ਆਹ ਦੇਖੋ ਇੱਧਰ ਚੇਅਰਾਂ ਪਈਆਂ, ਕੁਰਸੀਆਂ ਪਈਆਂ ਨੇ, ਆਹ ਦੇਖੋ ਵਾਸ਼ਿੰਗ ਮਸ਼ੀਨ ਆ, ਲੈਂਪ ਲੁੰਪ, ਲਾਈਟਾਂ, ਇੱਥੇ ਜਿਹਨੇ ਕਿ ਵੀ ਸਾਰਾ ਸਮਾਨ ਹੀ ਮਿਲਦਾ ਜਿੰਨਾ ਆਪਣਾ ਘਰ ਦੇ ਵਿੱਚ ਯੂਜ਼ ਹੁੰਦਾ। ਭਾਂਡੇ ਟੀਕਰ ਤੋਂ ਲੈ ਕੇ ਆਹ ਦੇਖੋ ਡਰਾਇਰ ਪਈ ਆ, ਕੱਪੜੇ ਧੋਣ ਵਾਲੀ ਮਸ਼ੀਨ ਪਈ ਆ, ਕੱਪੜੇ ਸੁਕਾਉਣ ਵਾਲੀ ਪਈ ਆ, ਆਹ ਇੱਧਰ ਗੈਸੀ ਚੁੱਲ੍ਹਾ ਪਿਆ ਆ ਬਿਜਲੀ ਵਾਲਾ, ਇਹਨੂੰ ਹੁਣ ਮਾੜਾ ਮੋਟਾ ਖਰਾਬ ਹੋਇਆ ਹੁਣ ਪਰ ਅਗਲੇ ਨੇ ਨਵਾਂ ਲਵਾ ਕੇ ਅਤੇ ਇੱਧਰ ਦਿੱਤਾ। ਸਾਹਮਣੇ ਆਹ ਸਪੀਕਰ ਪਏ ਨੇ, ਇੱਧਰ ਕੁਰਸੀਆਂ ਪਈਆਂ ਨੇ, ਆਹ ਦੇਖੋ ਇਲੈਕਟ੍ਰੋਨਿਕ ਸਮਾਨ ਪਿਆ ਆ, ਦੇਖੋ ਇੱਧਰ ਸਪੀਕਰ ਪਏ ਆ, ਬੂਫਰ ਵਾਫਰ, ਇਹ ਜਿੱਦਾਂ ਜਿੱਦਾਂ ਲੋਕ ਨਵੇਂ ਲੈ ਆਉਂਦੇ ਅਤੇ ਬਾਕੀ ਪੁਰਾਣੇ ਆ ਜਿਹੜੇ ਇੱਧਰ ਦੇ ਦਿੰਦੇ। ਆਹ ਦੇਖੋ ਇੱਧਰ ਉਹ ਪਏ ਆ ਕੰਪਿਊਟਰ ਵਾਲੇ ਆਪਣੇ ਮੋਨੀਟਰ, ਇੱਧਰ ਆਹ ਵਿੰਟੇਜ ਚੀਜ਼ਾਂ ਵੀ ਸੀਗੀਆਂ ਕਾਫੀ ਇੱਥੇ। ਦੇਖੋ ਲੋਕ ਕਾਫੀ ਜਿਹੜੇ ਸ਼ੋਪਿੰਗ ਕਰਨ ਆਏ ਹੋਏ ਸੀਗੇ, ਮੈਂ ਵੀ ਕਿਸੇ ਨੂੰ ਇੱਥੇ ਡਰੋਪ ਕਰਨ ਗਿਆ ਸੀ, ਫਿਰ ਮੈਂ ਕਿਹਾ ਚਲੋ ਅੰਦਰੋਂ ਗੇੜਾ ਕੱਢੇ ਹੋਣੇ, ਆਪਾਂ ਦੇਖ ਕੇ ਆਉਣੇ ਇੱਥੇ ਕੀ ਮਿਲਦਾ, ਕਿਵੇਂ ਦਾ ਮਾਹੌਲ ਆ। ਆਹ ਕੈਟਲਾਂ ਪਈਆਂ ਨੇ ਗਰਮ ਪਾਣੀ ਕਰਨ ਵਾਲੀਆਂ, ਕਾਫੀ ਸਮਾਨ ਸੀਗਾ, ਜੱਗ ਜੁੱਗ, ਜੂਸਰ, ਮਿਕਸਰ, ਲਾਟਰਮ ਪਟਰਮ ਬਹੁਤ ਜ਼ਿਆਦਾ ਸੀ, ਉਹ ਦੋ ਪੱਖੇ ਪਏ ਆ, ਵੈਕਿਊਮ ਦੀਆਂ ਉਹ ਪਈਆਂ ਨੇ ਪਾਈਪਾਂ, ਵੈਕਿਊਮ ਪਏ। ਇੱਧਰ ਦੇਖੋ ਭਾਂਡੇ ਆ, ਭਾਂਡਿਆਂ ਵਾਲਾ ਉਹ ਆ ਗਿਆ, ਕੱਚ ਦਾ ਸਮਾਨ ਆ ਸਾਰਾ, ਭਾਂਡਾ ਟੀਕਰ, ਵਧੀਆ। ਲੋਕ ਜਿਹੜੇ ਗੋਰੇ ਆ ਇਹ ਇੱਥੇ ਸ਼ੋਪਿੰਗ ਕਰਦੇ ਆ, ਚੀਜ਼ਾਂ ਲੈ ਲੈਂਦੇ ਆ। ਦੇਖੋ ਭਾਂਡੇ ਆ ਗਏ, ਪੈਨ ਪੂਨ ਪਏ ਨੇ, ਕੜਾਹੀਆਂ ਕੜੂਹੀਆਂ, ਹੈਂ ਬਰਤਨ ਸਾਰੇ। ਇਹ ਪਤਾ ਨਹੀਂ ਲੋਕ ਕਿਉਂ ਐਵੇਂ ਉਹ ਕਰ ਦਿੰਦੇ। ਇੱਧਰ ਬੈਗ ਆ ਗਏ, ਬੈਗ ਜਿਵੇਂ ਕਿਸੇ ਦੀ ਮਾੜੀ ਮੋਟੀ ਜਿੱਪ ਖਰਾਬ ਹੋ ਗਈ ਉਹ ਅਗਲਾ ਉਹ ਕਰ ਦਿੰਦਾ, ਦੁਬਾਰਾ ਯੂਜ਼ ਨਹੀਂ ਕਰਦਾ। ਇੱਧਰ ਰਿੰਮ ਪਏ ਨੇ ਕਿਸੇ ਨੇ ਗੱਡੀ ਦੇ, ਰਿੰਮੀ ਦੇ ਤੇ ਆ, ਕਾਰ ਦੇ ਮੈਟ। ਆ ਇੱਧਰ ਆ ਗਿਆ ਹੁਣ ਖੇਤੀਬਾੜੀ ਵਾਲਾ ਸਮਾਨ, ਮਤਲਬ ਗਾਰਡਨਿੰਗ ਵਾਲਾ, ਘਰੇ ਜਿਹੜੇ ਉਹ ਕਰਦੇ ਆ ਖੁਰਪੇ, ਕਹੀਆਂ, ਸਾਰਾ ਇਹ ਸਮਾਨ ਆ। ਬੈਟਰੀ ਆ ਦੇ ਮੋਟਰ 'ਤੇ ਜਾਣ ਵਾਸਤੇ ਜਿਵੇਂ ਆਪਣੇ ਯੂਜ਼ ਕਰਦੇ ਹੁੰਦੇ ਸੀ ਰਾਤਾਂ ਨੂੰ, ਇੱਥੇ ਇੱਦਾਂ। ਆਹ ਗਮਲੇ, ਗਮਲੇ ਬੜੇ ਘੈਂਟ ਲੱਗੇ ਮੈਨੂੰ, ਆਹ ਇਹਨਾਂ ਦੇ ਗਮਲੇ ਸਸਤੇ ਆ। ਆਹ ਸਾਰਾ ਜਿਹੜਾ ਸਮਾਨ ਆ ਇਹ ਕਹਿ ਲਓ ਵੀ ਸੈਕਿੰਡ ਹੈਂਡ ਆ, ਇਹ ਸਸਤਾ ਮਿਲ ਜਾਂਦਾ ਆ। ਇੱਧਰ ਗੋਰਾ ਦੇਖ ਰਿਹਾ, ਮੈਨੂੰ ਲੱਗਦਾ ਆਰੀ ਦੇਖ ਰਿਹਾ, ਇਹ ਹੈਕਸਾ ਕਹਿੰਦੇ ਆ ਜਿਹਨੂੰ। ਆਹ ਸਾਹਮਣੇ ਪਈਆਂ ਨੇ ਆਰੀਆਂ ਊਰੀਆਂ, ਕਾਫੀ ਗੁੱਸਾ। ਆਹ ਬੜੀਆਂ ਸਸਤੀਆਂ ਸੀਗੀਆਂ ਡਰਿੱਲਾਂ, ਪਤਾ ਨਹੀਂ ਇਹਨਾਂ ਨੂੰ ਕੀ ਹੁੰਦਾ, ਖਾਨੀ ਬੈਟਰੀਆਂ ਖਰਾਬ ਹੋ ਜਾਂਦੀਆਂ ਨੇ। $5 ਦੀਆਂ ਲੱਗੀਆਂ ਹੋਈਆਂ ਸੀ ਜਿਹੜੀਆਂ ਆਪਣੇ ਬਿਜਲੀ ਵਾਲੀਆਂ ਡਰਿੱਲਾਂ ਹੁੰਦੀਆਂ ਨੇ ਬੈਟਰੀ ਵਾਲੀਆਂ। ਆਹ ਪਏ ਨੇ ਜਵਾਕਾਂ ਦੇ ਖੇਡਣ ਵਾਲੇ ਬੈਟ, ਆਹ ਸਕੂਟਰ ਪਏ ਨੇ ਉਹ ਜਿਹੜੇ ਹੁੰਦੇ ਆ। ਇੱਧਰ ਕਿਤਾਬਾਂ ਦੇਖੋ, ਕਿਤਾਬਾਂ ਵੀ ਇੱਥੇ ਸੈਕਿੰਡ ਹੈਂਡ ਜਿਹੜੀਆਂ ਲੋਕਾਂ ਨੇ ਰੱਖੀਆਂ ਹੋਈਆਂ ਸੀ, ਇੱਕ $2 ਦੀਆਂ, ਜੇ ਤੁਸੀਂ ਕਿਤਾਬਾਂ ਪੜ੍ਹਨੀਆਂ ਨੇ ਤਾਂ ਉਹ ਵੀ ਆ ਜਿਹੜਾ ਇੱਥੋਂ ਲੈ ਸਕਦੇ ਹੋ। ਆਹ ਜੀ ਮੈਂ ਬਾਹਰ ਆ ਗਿਆ, ਬਾਹਰ ਇਹਨਾਂ ਨੇ ਆ ਦੇਖੋ ਚਾਦਰਾਂ ਚੁਦਰਾਂ, ਮੈਟ, ਦਰੀਆਂ, ਸਾਹਮਣੇ ਗੱਦੇ ਰੱਖੇ ਹੋਏ ਆ। ਹਾਂਜੀ ਇਹ ਸੀਗੀ ਸ਼ੋਪ, ਦੇਖੀਏ ਤੁਸੀਂ ਦੁਕਾਨ, ਇੱਕੋ ਸ਼ੋਪ, ਸੈਕਿੰਡ ਹੈਂਡ ਸਮਾਨ ਆ ਜਿਹੜਾ ਇੱਥੇ ਸਾਰਾ ਮਿਲਦਾ ਹੈ।